ਸਾਡੇ ਤੇ ਦੋਸ਼ ਲਾਇਆ ਕਿ ਗੁਰੂ ਅਰਜਨ ਦੇਵ ਜੀ ਚੋਰ ਰੱਖਦੇ ਆ, ਡਾਕੂ ਰੱਖਦੇ ਆ, ਉਹ ਮਾਰ ਧਾੜੇ ਤੇ ਚੋਰੀਆਂ ਕਰਦੇ ਕਰਾਉਂਦੇ ਆ। ਸਤਿਸੰਗ ਜੀ, ਜਹਾਂਗੀਰ ਬਾਦਸ਼ਾਹ ਦਾ ਕਾਫਲਾ ਨਾ ਦਿੱਲੀ ਤੋਂ ਚੱਲਦਾ ਚੱਲਦਾ ਜਦੋਂ ਬਿਆਸ ਤੋਂ ਇੱਧਰ ਮੰਡ ਵਿੱਚ ਆਇਆ ਨਾ, ਇੱਕ ਵਾਰੀ ਚੰਦੂ ਨੇ ਆਪੇ ਬੰਦੇ ਸਿਖਾ ਕੇ ਨਾ, ਆਪੇ ਇੱਕ ਥਾਂ ਤੇ ਜਿੱਥੇ ਬਾਦਸ਼ਾਹ ਦਾ ਥੋੜਾ ਜਿਹਾ ਧਨ ਪਿਆ ਸੀ ਉਹਨੂੰ ਪਾੜ ਲਾ ਕੇ ਚੋਰੀ ਕਰਾਤਾ। ਇੱਕ ਔਰੰਗ ਜਹਾਂਗੀਰ ਦੀ ਜਨਮ ਪੱਤਰੀ ਸੀ, ਉਹ ਵੀ ਆਪੇ ਲਿਖਾ ਲਈ। ਜਹਾਂਗੀਰ ਬਾਦਸ਼ਾਹ ਦੂਜੇ ਦਿਨ ਉੱਠਿਆ, ਜਦੋਂ ਉੱਠਿਆ ਤੇ ਦੂਜੇ ਦਿਨ ਜਹਾਂਗੀਰ ਬਾਦਸ਼ਾਹ ਸ਼ਿਕਾਰ ਨੂੰ ਗਿਆ। ਸ਼ਿਕਾਰ ਨੂੰ ਜਦੋਂ ਗਿਆ ਨਾ, ਸ਼ਿਕਾਰ ਨੂੰ ਜਾਂਦਿਆਂ ਰਸਤੇ ਵਿੱਚ ਸ਼ਿਕਾਰ ਨਿਕਲਿਆ, ਘੋੜੇ ਤੋਂ ਡਿੱਗਣ ਨਾਲ ਲੱਤ ਟੁੱਟ ਗਈ ਜਹਾਂਗੀਰ ਦੀ। ਬਹਿਮੀ ਸੀ ਆ ਕੇ ਪੁੱਛਦਾ, ਕਹਿੰਦਾ ਬਈ ਜੋਤਸ਼ੀਆਂ ਨੂੰ ਬੁਲਾਓ, ਮੇਰੀ ਜਨਮ ਪੱਤਰੀ ਦੇਖ ਕੇ ਦੱਸੋ ਕਿ ਕਿਹੜੇ ਗ੍ਰਹਿ ਦੇ ਕਾਰਨ ਮੇਰੀ ਲੱਤ ਟੁੱਟੀ ਹੈ, ਮੈਨੂੰ ਹਿਸਾਬ ਲਾ ਕੇ ਦੱਸੋ। ਚੰਦੂ ਕਦੇ ਇੱਧਰ ਕਦੇ ਇੱਧਰ ਆਲਾ ਟਾਲਾ ਜਿਹਾ ਕਰਕੇ ਕਹਿੰਦਾ ਵੀ ਮੇਰੀ ਜਨਮ ਪੱਤਰੀ ਲਿਆਓ। ਫਿਰ ਇਹਨੇ ਦੇਖਿਆ ਵੀ ਹੁਣ ਮੌਕਾ, ਕਹਿਣ ਲੱਗਾ ਜੀ ਆਪਾਂ ਉਸ ਇਲਾਕੇ ਵਿੱਚ ਆਏ ਹਾਂ ਜਿੱਥੇ ਗੁਰੂ ਅਰਜਨ ਦੇਵ ਜੀ ਰਹਿੰਦੇ ਆ। ਰਾਤ ਫਲਾਨੇ ਤੰਬੂ ਵਿੱਚ ਡਾਕਾ ਪਿਆ, ਚੋਰਾਂ ਨੇ ਪਾੜ ਲਾਇਆ। ਉਹ ਬੰਦੇ ਗੁਰੂ ਅਰਜਨ ਦੇਵ ਜੀ ਦੇ ਸੀ ਜਿਹੜੇ ਧਨ ਚੋਰੀ ਕਰਕੇ ਲੈ ਕੇ ਗਏ, ਵਸਤਰ ਕੀਮਤੀ ਲੁੱਟ ਕੇ ਲੈ ਕੇ ਗਏ, ਔਰ ਤੁਹਾਡੀ ਜਨਮ ਪੱਤਰੀ ਵੀ ਉਹੀ ਲੈ ਗਏ ਨਾਲ। ਇਹ ਗੁਰੂ ਅਰਜਨ ਦੇਵ ਜੀ ਦਾ ਕਾਰ ਆ। ਸਤਿਸੰਗ ਜੀ, ਇਹ ਝੂਠਾ ਦੋਸ਼ ਮਹਾਰਾਜ ਤੇ ਲਾਇਆ ਪਾਪੀ ਜ਼ਾਲਮ ਨੇ, ਇਹੋ ਜਿਹੀਆਂ ਬੇਨਤਾਂ ਬਣਾਈਆਂ ਹੋਈਆਂ ਸਨ। ਉਹ ਗੱਲ ਮਹਾਰਾਜ ਕਹਿ ਰਹੇ, ਕਹਿੰਦੇ ਪਹਿਲਾਂ ਤਾਂ ਸਾਡੇ ਉੱਤੇ ਇਹ ਦੋਸ਼ ਮੜਿਆ ਕਿ ਗੁਰੂ ਅਰਜਨ ਦੇਵ ਜੀ ਨੇ ਚੋਰੀ ਕਰਾਈ ਹੈ, ਗੁਰੂ ਅਰਜਨ ਦੇਵ ਜੀ ਦੇ ਕੋਲੇ ਇਹੋ ਜਿਹਾ ਸਮਾਜ ਚੋਰਾਂ ਦਾ ਧਾੜਵੀਆਂ ਦਾ ਟੋਲਾ ਹੈ ਜਿਹੜਾ ਬਾਦਸ਼ਾਹ ਦੇ ਸਮਾਨ ਨੂੰ ਚੋਰੀ ਕਰਦਾ ਹੈ। ਉਹਨੇ ਸਜਾਦਾ ਇੱਕ ਚਲਾਇਓ, ਦੂਜਾ ਫਿਰ ਸਜਾਦਾ ਜਿਹੜਾ ਸੀਗਾ ਖੁਸਰੋ ਉਹ ਚੱਲ ਕੇ ਆਇਆ ਸੀ ਸਾਡੇ ਪਾਸ, ਦੀਨ ਜਾਨ ਤੇ ਭੋਜਨ ਖਵਾਇਓ। ਉਹ ਦੁਖੀ ਸੀ ਵਿਚਾਰਾ, ਆ ਸਹਾਈ ਸੀ, ਦੀਨ ਦਾ ਅਰਥ ਉਹਦਾ ਸਹਾਰਾ, ਕੋਈ ਨੀ ਉਹਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਇਆ। ਵੈਸੇ ਝੂਠੀ ਊਜ ਲਾਈ ਹੈ ਮਹਾਰਾਜ ਜੀ ਤੇ, ਖੁਸਰੋ ਦਾ ਆਉਣਾ ਕਿਤੇ ਸਿੱਧ ਨਹੀਂ ਹੁੰਦਾ, ਪਰ ਜਾਣ ਕੇ ਇਹ ਗੱਲ ਬਣਾਈ ਹੈ। ਖੁਸਰੋ ਜਹਾਂਗੀਰ ਦਾ ਪੁੱਤਰ ਸੀ ਔਰ ਉਹ ਰਾਜ ਭਾਗ ਜਿਹੜਾ ਸੀ ਉਹਦਾ ਹੱਕ ਰੱਖਦਾ ਸੀ ਤੇ ਜਹਾਂਗੀਰ ਬਾਦਸ਼ਾਹ ਨੂੰ ਮਾਰਨਾ ਚਾਹੁੰਦਾ ਸੀ। ਉਹ ਜਾਨ ਬਚਾ ਕੇ ਨਿਕਲਿਆ ਸੀ ਦਿੱਲੀ ਤੋਂ, ਇਸ ਕਰਕੇ ਉਹਨੂੰ ਕਤਲ ਕਰਾਉਣਾ ਚਾਹੁੰਦਾ ਸੀ। ਉਹ ਜਾਨ ਬਚਾਉਂਦਾ ਚੱਲਦਾ ਚੱਲਦਾ ਇੱਥੇ ਆਇਆ, ਉਹ ਵੀ ਦੋਸ਼ ਲਾਇਆ ਕਿ ਖੁਸਰੇ ਨੂੰ ਮਹਾਰਾਜ ਜੀ ਨੇ ਕਹਿ ਖੁਸਰੋ ਨੂੰ ਤਿਲਕ ਵੀ ਲਾਇਆ, ਉਹਨੂੰ ਭੋਜਨ ਵੀ ਛਕਾਇਆ, ਪੈਸੇ ਵੀ ਦਿੱਤੇ ਖਰਚ ਲਈ। ਇਹ ਦੂਤੀ ਕੀਨਸ ਮਤ ਮੰਦ, ਉਹਦੀ ਮਤ ਨੇ ਚੁਗਲੀਆਂ ਕੀਤੀਆਂ, ਬਾਦਸ਼ਾਹ ਦੇ ਕੰਨ ਭਰੇ ਆ। ਸਰਕਾਰਾਂ ਜਦੋਂ ਇਲਜ਼ਾਮਬਾਜ਼ੀ ਲਾ ਕੇ ਕਿਸੇ ਨੂੰ ਦੋਸ਼ੀ ਬਣਾਉਂਦੀਆਂ ਨਾ, ਆਪੇ ਸਾਰਾ ਕੁਛ ਬਹਾਨਾ ਬਣਾ ਲਿਆ, ਆਪੇ ਸਾਰੀ ਘਾੜਤ ਘੜ ਲੈਂਦੀਆਂ। ਸਾਧ ਸੰਗਤ ਜੀ, ਇਹ ਇਹਨਾਂ ਦੇ ਦਾ ਪੇਚ ਹੁੰਦੇ ਆ, ਤੁਹਾਡੇ ਨਾਲ ਵੀ ਅੱਜ ਇਵੇਂ ਹੁੰਦਾ, ਜਿਹਨੂੰ ਮਰਜ਼ੀ ਦੋਸ਼ੀ ਬਣਾ ਦਿੰਦੇ ਆ, ਕਿਹੜਾ ਪੁੱਛਦਾ ਇੱਥੇ ਨਿਆਂ ਕਨਿਆਂ।